ਜੋੜਾ ਹਾਏ ਜੋੜਿਆ ਹਾਏ ਜੋੜਿਆ ਲੋ ਜੋੜੇ ਨੇ ਕਹਿੰਦੇ ਕਾਬੂ ਕੀਤਾ ਹੋਇਆ ਪਰ ਚੱਕ ਕੇ ਬਾਹਰ ਕਰਨ ਵਾਲੀ ਗੱਲ ਕੀਤੀ ਹੈ ਪੁਆਇੰਟ ਰੋਬਰ ਦਾ ਚੱਲ ਗਈ ਗੱਭਰੂ ਆਪਾਂ ਦੇ ਜਿਹੜਾ ਕਬੱਡੀ ਦਲੀਪ ਖੱਗੇ ਪਾਏਗਾ ਕਬੱਡੀ ਖੇਡ ਮੈਦਾਨ ਦੇ ਅੰਦਰ ਤੇ ਪੱਟਾਂ ਦੇ ਨਾਲ ਪੱਟ ਨੇ ਖਿੰਡੇ ਦੌੜਿਆਂ ਨੂੰ ਜਦ ਹੱਥ ਨਹੀਂ ਪੈਂਦੇ ਇਹ ਕਿਹੜੇ ਪਿੰਡ ਦਾ ਗੱਭਰੂ ਮੋਕੇ ਉਂਗਲਾਂ ਕਰ ਕਰ ਪੁੱਛਦੇ ਆ ਉਹ ਗੱਜ ਗੱਜ ਚੜੀਆਂ ਛਾਤੀਆਂ ਵਾਲੇ ਜਦ ਵਿੱਚ ਮੈਦਾਨ ਦੀ ਬੁੱਕਦੇ ਆ ਉਸਤਾਦ ਅਖਤਰ ਜੀ ਨੇ ਬੋਲ ਪੈਣ ਦਿਆ ਕਰੋ ਇਹਦੇ ਵਾਸਤੇ ਦੋ ਛੱਡਿਆ ਕਰੋ ਚੱਲ ਗਈ ਗੱਭਰੂ ਦਾ ਪਾ ਜਿਹੜਾ ਕਬੱਡੀ ਮੁਰੇ ਜੀ ਸ਼ਾਨ ਕਾਲੇ ਕਰੇਗਾ ਟਰਾਈਆਂ ਉਹ ਭਾਰ ਤੋਲ ਕੇ ਤੇ ਸਿਰ ਕਾਲੇ ਨੇ ਹਾਏ ਹਾਏ ਤੇਰਾ ਨਖਰਾ ਆਓ ਛਾਲਾ ਮਾਰਦਾ ਹੋਇਆ ਗੱਭਰੂ ਖੇਡ ਮੈਦਾਨ ਦੇ ਅੰਦਰ ਆ ਗਏ ਭਰਾ ਜੀ ਆ ਗਏ ਅਗਲੀਆਂ ਦੋਨੇ ਟੀਮਾਂ ਜਾਂਦੇ ਖੇਡ ਮੈਦਾਨ ਦੇ ਵਿੱਚ ਆ ਗਏ ਅਗੇ ਰੰਧਾਵਾ ਕਬੱਡੀ ਕਲੱਬ 366 ਘੜੀਆਂ ਬਾ ਮੁਕਾਬਲਾ 93 ਜਿੰਦੀ ਦੋਨੇ ਟੀਮਾਂ ਭਰਾ ਜੀ ਜਾਂਦੀ ਖੇਡ ਮੈਦਾਨ ਦੇ ਵਿੱਚ ਆ ਗਏ ਚੱਲ ਵੀ ਰਾਣੇ ਚਾਂਦ ਦੀ ਰੇਡ ਦੋ ਪਾਸੇ ਸਿੱਖ ਉਹ ਕਦੀ ਗੁੱਟ ਤੇ ਕਦੀ ਗਿੱਟਾ ਲੈ ਕਾਬੂ ਕੀਤਾ ਹੋਇਆ ਲੱਗਦੇ ਹਰੀਅਰ ਉਹ ਖਿੱਚਾਂ ਵੱਜਦੀਆਂ ਹੋਈਆਂ ਖੇਡ ਮੈਦਾਨ ਦੇ ਅੰਦਰ ਰੇਡ ਜਾਫੂ ਦਾ ਬੈਟ ਫੇਰ ਉੱਠ ਚੱਲਣਾ ਕਬੱਡੀ ਗਰਾਊਂਡ ਦੇ ਫੱਟ ਚੱਲ ਵੀ ਗੱਭਰੂ ਆਪਾਂ ਦੇ ਜਿਹੜਾ ਰੇਡ ਉਹਦੇ ਨਿਸ਼ਾਨ ਕਾਲੂ ਵਰਗੇ ਬੱਬਰ ਸ਼ੇਰ ਮੈਡੀ ਚੌੜੇ ਵਰਗੇ ਆਜੋ ਜੱਟ ਵਰਗੇ ਹਿੰਮਤ ਨੂੰ ਬਲੀ ਮਤਲਬ ਇੰਟਰਨੈਸ਼ਨਲ ਕਬੱਡੀ ਖਿਡਾਰੀ ਉਹਨਾਂ ਨਿੱਕਾ ਵੀਰ ਕਹਿੰਦੇ ਚੈਨ ਦੇ ਵਿੱਚ ਫੜਾ ਜੋੜੇ ਨੇ ਕਹਿੰਦੇ ਟਰੈਕ ਕੀਤੀ ਆ ਪਰ ਪੁਆਇੰਟ ਰੇਡਰ ਦਾ ਚੱਲ ਗਈ ਗੱਗੀਆ ਪਾ ਦੇ ਜਿਹੜਾ ਕਬੱਡੀ ਗੱਗੇ ਪਾਏਗਾ ਕਬੱਡੀ ਖੇਡ ਮੈਦਾਨ ਦੇ ਅੰਦਰ ਤੇ ਮਟਕ ਮਟਕ ਚਾਲ ਹੈ ਸ਼ੇਰਾਂ ਵਰਗੀ ਗੱਭਰੂ ਕਹਿੰਦੇ ਹੈ ਦਲੇਰ ਅੱਤ ਦਾ ਖੇਡ ਵਿੱਚ ਜ਼ੋਰ ਭਰਿਆ ਜਿਵੇਂ ਟਰੈਕਟਰ ਹੋਵੇ 307 ਦਾ ਖੇਡਾ ਜਾ ਕੇ ਵੱਜਦਾ ਵਿੱਚ ਜਾਫੀਆਂ ਦੇ ਕੱਲਾ ਕੱਲਾ ਗੱਗੀ ਦਾ ਰਿਕਾਰਡ ਦੱਸਦਾ ਲੈ ਗੱਗੀ ਦੇ ਮੁਕਾਬਲੇ 'ਚ ਦੋ ਪਾਸੇ ਵੀ ਗੱਗੀ ਆ ਗਿਆ ਆਏ ਹਾਏ 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 ਨਿਸ਼ਾਨ ਕਾਲੇ 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 ਉਹ ਕਰਾਲੇ ਹੱਥ ਕੜੇ ਦੀਆਂ ਸੈਗਣਾ ਤੋਂ ਪਹਿਲਾਂ ਪੁਆਇੰਟ ਕਹਿੰਦੇ ਕਾਲੇ ਦਾ ਸਦਕੇ ਕਾਲੇ ਸਦਕੇ ਚੱਲ ਵੀ ਰਾਣਾ ਚਾਂਦ ਮਟਕ ਮਟਕ ਚਾਲ ਚੱਲਦਾ ਹੋਇਆ ਫਿਰ ਮੈਦਾਨ ਦੇ ਅੰਦਰ ਹੱਸਦਾ ਹੀ ਰਹਿੰਦਾ ਨਾਲੇ ਨਖਰੇ ਜਿਹਾ ਕਰਦਾ ਐਵੇਂ ਨੀ ਜ਼ਮਾਨਾ ਇਹਦੀ ਖੇਡ ਉੱਤੇ ਮਰਦਾ ਐਵੇਂ ਨੀ ਜ਼ਮਾਨਾ ਇਹਦੀ ਖੇਡ ਉੱਤੇ ਮਰਦਾ ਪਰ ਦੂਏ ਪਾਸੇ ਲੋਕੀ ਤੂੰ ਹੋਈ ਵੱਜੀ ਹੋਈ ਕੈਂਚੀ ਖੇਡ ਮੈਦਾਨ ਦੇ ਅੰਦਰ ਲੱਗਦੇ ਹੋਈ ਜ਼ੋਰ ਜਵਾਨਾਂ ਦੇ ਪੇੜ ਪੈ ਗਏ ਨੇ ਸਾਨਾਂ ਦੇ ਕੌਡੀ ਦੇ ਮੈਦਾਨ ਵਿੱਚ ਪਤੇ ਲੱਗਦੇ ਨੇ ਜਾਨਾਂ ਦੇ ਹੁਣ ਕੌਡੀ ਦੇ ਮੈਦਾਨ ਵਿੱਚ ਪਤੇ ਲੱਗ ਰਹੇ ਨੇ ਜਾਨਾਂ ਦੇ ਚੱਲ ਵੀ ਗੱਭਰੂ ਆਪਾਂ ਜਿਹੜਾ ਰੇਡ ਮੇਰੇ ਆਜਮ ਜੱਟ ਨਿਸ਼ਾਨ ਕਾਲੀ ਮਹਿਰੀ ਜੋੜਾ ਦੇਖਦੇ ਵੀ ਕਿਹਦੇ ਨਾਲ ਹੋਏਗੀ ਟੱਕਰ ਕਿਹੜਾ ਇਸ ਅੜੀਅਲ ਮੈਡ ਕੇ ਨੂੰ ਨੱਥ ਪਾਵੇਗਾ ਕਿਹੜਾ ਬੱਲੇ ਬੱਲੇ ਕਰਵਾਵੇਗਾ ਮੈਂ ਜੱਟ ਆਜਮ ਜੱਟ ਕਿਸੇ ਨਾਲੋਂ ਨਹੀਂ ਘੱਟ ਉਹ ਖੇਡ ਮੈਦਾਨ ਦੇ ਅੰਦਰ ਲੰਮੀ ਭਾਜ ਵਾਲਾ ਘੋੜਾ ਇੱਕ ਦਸਾਂ ਸਾਲਾਂ ਤੋਂ ਮੇਰੇ ਵੀਰੋ ਕਬੱਡੀ ਦਾ ਵੱਡਾ ਤਜਰਬਾ ਆਜੋ ਭਰਾ ਜੀ ਆਜੋ ਦੋਨੇ ਟੀਮਾਂ ਜਲਦੀ ਖੇਡ ਮੈਦਾਨ ਦੇ ਵਿੱਚ ਆਜੋ ਅਲੀ ਰੰਧਾਵਾ ਕਬੱਡੀ ਕਲੱਬ ਦਾ ਮੁਕਾਬਲਾ 93 ਜਿੰਦੂ ਆਜੋ ਭਰਾ ਜੀ ਆਜੋ ਦੋਨੇ ਟੀਮਾਂ ਜਲਦੀ ਖੇਡ ਮੈਦਾਨ ਦੇ ਵਿੱਚ ਆਜੋ ਚੱਲ ਵੀ ਗੱਭਰੂ ਆਪਾਂ ਜਿਹੜਾ ਕਬੱਡੀ ਲੈ ਗੱਗੀ ਦੀ ਕਬੱਡੀ ਆ ਦੋ ਪਾਸੇ ਕਹਿੰਦੇ ਜਾਫੂ ਵੱਡ ਖਾਣਾ ਲੱਗ ਗਿਆ ਇੱਕ ਪਾਸੇ ਬਲੂਦ ਗੱਗੀ ਪੁਆਇੰਟ ਗੱਗੀ ਦਾ ਤਾੜੀਆਂ ਮਾਰਦੇ ਗੱਗੀ ਤਾੜੀਆਂ ਚੱਲ ਗਈ ਜੋੜਿਆ ਹਾਏ 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 ਉਹ ਜੋੜਾ ਇੱਕ ਪਾਸੇ ਜੋੜਾ ਤੇ ਦੋਨੋਂ ਟੀਮ ਆ ਗਈ ਆ ਖੇਡ ਮੈਦਾਨ ਦੇ ਅੰਦਰ ਅਲੀ ਰੰਧਾਵਾ ਕਬੱਡੀ ਕਲੱਬ 366 ਘੜੀਆਂ ਸਾਹਿਬ ਗੁੱਜਰ ਅਲੀ ਰੰਧਾਵਾ ਅਮਿਤ ਰੰਧਾਵਾ ਪਿੱਛੇ ਮੇਰੇ ਵੀਰੋ ਆਦਤ ਅਲੀ ਮਤਮੇਦਾ ਨਾਨੀ ਗੁੱਜਰ ਰਾਣਾ ਜ਼ਬੈਰ ਏਕਮ ਰਾਣਾ ਫਹਿਦ ਸ਼ਾਨੀ ਘੋੜਾ ਅਕਬਰ ਬਿਜਲੀ ਉਹ ਬਹੁਤ ਤਗੜੀ ਟੀਮ ਆ ਗਈ ਹੈ ਖੇਡ ਮੈਦਾਨ ਦੇ ਅੰਦਰ ਦੋ ਪਾਸੇ 93 ਜਿੰਦੀ ਚੱਲ ਗਏ ਗੱਭਰੂ ਆਪਾਂ ਜਿਹੜਾ ਕਬੱਡੀ ਆਜੋ ਭਰਾ 93 ਵਾਲੇ ਮਿਹਰਬਾਨੀ ਕਰੋ ਹਾਫਿਜ਼ ਸਰੈਣ ਜੀ ਮਿਹਰਬਾਨੀ ਇੱਧਰ ਜਿਹੜਾ ਸਟੇਜ ਤੇ ਰੱਖ ਦਿਓ ਹਾਫਿਜ਼ ਸਰੈਣ ਭਰਾ ਜਿੱਥੇ ਜੀ ਜਿਹੜਾ ਸਟੇਜ ਤੇ ਰੱਖ ਦਿਓ
आगे भरा आगे करने वाले दूर बनने करोगे।